ਮੈਂ ਤੇ ਜਸਪਾਲ 4-5 ਸਾਲ ਅਸੀਂ ਇੱਦਾਂ ਵੀ ਇਕੱਠੇ ਰਹੇ ਹਾਂ ਅਤੇ ਜਸਪਾਲ ਦੇ ਉਹ ਮਰਡਰ ਕੇਸ ਹੈ ਜਿਹੜਾ ਉਹ ਹੈ ਨਹੀਂ ਸੀ ਅੰਮ੍ਰਿਤਸਰ ਮਾਰਿਆ 2000 ਡੈੱਡ ਬੋਡੀਆਂ ਦਾ ਜਿਹਦੇ ਹਿਸਾਬ ਕਿਤਾਬ ਰੱਖਿਆ ਸੀ ਉਹ 8 ਜਣੇ ਨੇ ਜਸਵੰਤ ਸਿੰਘ ਖਦੜੇ ਵਾਲੇ ਸੁਰਿੰਦਰਪਾਲ ਜਸਪਾਲ 8 ਦੇ 8 ਅੰਦਰ ਬੈਠੇ ਅਜੀਤ ਸਿੰਘ ਐਸ ਐਸ ਪੀ ਦਾ ਹੁਕਮ ਇਹ ਸੀ ਵੀ ਅੱਧੇ ਘੰਟੇ 'ਚ ਮੈਨੂੰ ਡੈੱਡ ਬੋਡੀ ਚਾਹੀਦੀ ਹੈ ਉਹਦੇ ਹੱਥ ਜੋੜੇ ਇਹਨਾਂ ਨੇ ਖਦੜੇ ਦੀ ਅਜੀਤ ਸਿੰਘ ਸੰਧੂ ਦਾ ਸੀਗਾ ਸੰਧੂ ਦਾ ਕੇ ਪੀ ਐਸ ਗਿੱਲ ਜਾ ਕੇ ਉੱਥੇ ਤਰਨ ਤਾਰਨ ਰੈਸਟ ਹਾਊਸ 'ਚ ਬੈਠ ਗਿਆ ਸੀ ਕਹਿੰਦਾ ਸਾਡੇ ਤੋਂ ਨਹੀਂ ਮਰਦਾ ਮੈਂ ਉਦੋਂ ਜਾਊਂਗਾ ਉਹਨਾਂ ਨੇ ਕਿਹਾ ਵੀ ਸਾਨੂੰ 2 ਦਿਨ ਦਾ ਟਾਈਮ ਦੇ ਦੇ ਪਲੀਜ਼ 2 ਦਿਨ 'ਚ ਅਸੀਂ ਕਰ ਦਾਂਗੇ ਉਹ ਕਹਿੰਦਾ ਨਾ ਮੈਂ ਤਾਂ ਬੈਠਾ ਉਹ ਹੀ ਡੰਡਾ ਸੰਧੂ ਨੇ ਚੱਕੇ ਜਸਪਾਲ ਉਹਨਾਂ ਦੇ ਤਾਂ ਜਸਪਾਲ ਉਹਨਾਂ ਨੂੰ ਦਿਨੇ ਸਵੇਰੇ ਘਰੋਂ ਚੱਕਣਾ ਪਿਆ ਉਹ ਚੱਕਿਆ ਤਾਂ ਅੱਜ ਫਿਰ ਦੇਖ ਲਓ ਕਿੱਥੇ ਤੱਕ ਗਈ ਗੱਲ ਉਹ ਅਤੇ ਉਹ ਸਾਰੇ 8 ਦੇ 8 ਪਰਿਵਾਰ ਸਤਰਾਮ ਮੇਰੇ ਕੋਲ ਇਸ ਏਰੀਆ ਜਲੰਧਰ ਉਹ ਵੀ ਅੰਦਰ ਹੈ ਸੁਰਿੰਦਰਪਾਲ ਆ ਕਿਸ਼ਨਗੜ੍ਹ ਦਾ ਲੇਕ ਦਾ ਜਸਪਾਲ ਸਿੰਘ ਬੈਠਾ ਅਤੇ ਉਹ ਗਰੀਬ ਅੰਦਰ 8-9 ਜਣੇ ਬੈਠੇ ਤੁਸੀਂ ਕਹਿਣ ਦੀ ਕੋਸ਼ਿਸ਼ ਕਰ ਰਹੇ ਵੀ ਜਿਹੜੇ ਛੋਟੇ ਅਫਸਰ ਸੀ ਉਹ ਟੰਗ ਤੇ ਵੱਡੇ ਅਫਸਰਾਂ ਨੂੰ ਕੋਈ ਨਹੀਂ ਮਰਦੇ ਅਤੇ ਉਹ ਕੇ ਪੀ ਐਸ ਗਿੱਲ 'ਤੇ ਵੀ ਕੋਈ ਆਂਚ ਨਹੀਂ ਆਈ ਅਜੀਤ ਸਿੰਘ ਸੰਧੂ ਦਾ ਕਿਹਾ ਜਾਂਦਾ ਹਾਲੇ ਕਿ ਮੈਂ ਤਾਂ ਖੈਰ ਥਿਊਰੀਆਂ ਵੀ ਚੱਲਦੀਆਂ ਵੀ ਹਜੇ ਤੱਕ ਉਹ ਮਰਿਆ ਨਹੀਂ ਉਹਨੇ ਸੁਸਾਈਡ ਕੀਤਾ ਹੀ ਨਹੀਂ ਸੀ ਨਹੀਂ ਨਹੀਂ ਦੇਖੋ ਆਈ ਵਾਜ਼ ਵੈਰੀ ਮੱਚ ਦੇਅਰ ਉਹਦੀ ਲਾਸ਼ ਆਈਡੈਂਟੀਫਾਈ ਮੈਂ ਕੀਤੀ ਹੈ ਅਜੀਤ ਸਿੰਘ ਸੰਧੂ ਦੀ ਹਾਂ ਮੈਂ ਗਿਆ ਉਹਨੇ ਬਾਕੀ ਰੇਲ ਦੇ ਅੱਗੇ ਆ ਕੇ ਕੱਟ ਲਿਆ ਬਿਲਕੁਲ ਉਹਦਾ ਜਿਹੜਾ ਫੇਸ ਸੀਗਾ ਕਲੀਅਰ ਸੀਗਾ ਆ ਸ਼ਾਰਪ ਤਾਂ ਹੁਣ ਵੱਡੀ ਹੋਈ ਸੀਗੀ ਰੇਲ ਦੇ ਥੱਲੇ ਆਉਣਾ ਇੰਨੀ ਸ਼ਾਰਪ ਨਹੀਂ ਵੱਡੀ ਜਾਂਦੀ ਮਤਲਬ ਜਿਵੇਂ ਕਿਰਪਾਲ ਨੇ ਕਿਸੇ ਦੇ ਸਿਰ ਵੱਡਿਆ ਤਾਂ ਜੋ ਹੋਇਆ ਮੈਨੂੰ ਪਤਾ ਹੈ ਕੀ ਹੋਇਆ ਮਾਰਿਆ ਗਿਆ ਉਹਨੂੰ ਕਿਹਨੂੰ ਮਾਰਿਆ ਅਜੀਤ ਸਿੰਘ ਨੂੰ ਹਾਂ ਉਹੀ ਮੈਂ ਕਹਿ ਰਿਹਾ ਕਿਹਨੇ ਮਾਰਿਆ ਕਿਉਂਕਿ ਕਹਾਣੀ ਤਾਂ ਇਹ ਬਣੀ ਨਾ ਵੀ ਉਹਨੇ ਪਰੇਸ਼ਾਨ ਹੋ ਕੇ ਤ੍ਰਸਤ ਹੋ ਕੇ ਰੇਲ ਦੇ ਅੱਗੇ ਆ ਕੇ ਦੇਖੋ ਸੁਸਾਈਡ ਕਰ ਲਿਆ ਅਜੇ ਵੀ ਸੁਰਿੰਦਰਪਾਲ ਬੈਠਾ ਇੱਕ ਦਿਨ ਪਹਿਲਾਂ ਸੁਰਿੰਦਰਪਾਲ ਉਹਦੇ ਘਰੋਂ ਉੱਠ ਕੇ ਆਇਆ ਉਹਨੇ ਕਿਹਾ ਯਾਰ ਕੋਈ ਗੱਲ ਨਹੀਂ ਜਿਹੜੇ ਮੇਨ ਕੇਸ ਸੀ ਉਹ ਆਪਣੇ ਉੱਡ ਗਏ ਆਹ 1-2 ਕੇਸ ਰਹਿੰਦੇ ਨੇ ਇਹ ਨਿਕਲ ਜਾਂਦੇ ਕੋਈ ਉਹਨਾਂ ਦਿਲ ਨਹੀਂ ਸੀ ਛੱਡਿਆ ਕੋਈ ਕੁਛ ਨਹੀਂ ਸੀ ਉਹ ਤਾਂ ਫਿਰ ਜਦੋਂ ਉਹਨੂੰ ਦਫ਼ਤਰ ਬੁਲਾ ਕੇ ਨਾ ਜਲੀਲ ਕੀਤਾ ਬਹੁਤ ਗਾਲਾਂ ਕੱਢੀਆਂ ਨੇ ਡੀ ਜੀ ਨੇ ਅਜੀਤ ਸਿੰਘ ਨੂੰ ਅਜੀਤ ਸਿੰਘ ਕੇ ਪੀ ਐਸ ਗਿੱਲ ਨੇ ਕੇ ਪੀ ਐਸ ਗਿੱਲ ਦੇ ਨਹੀਂ ਵੀ ਮੈਂ ਤੇਰੇ 'ਤੇ ਪਰਚੇ ਦਊਂਗਾ ਤੂੰ ਸੀਗਰਟ ਬੰਦ ਖਾ ਗਿਆ ਤੂੰ ਆਹ ਖਾ ਗਿਆ ਉਹ ਜਾ ਕੇ ਪੀ ਐਸ ਗਿੱਲ ਨੂੰ ਕਹਿੰਦਾ ਵੀ ਮੈਂ ਬਹੁਤ ਜਲੀਲ ਹੋ ਚੁੱਕਾ ਹੁਣ ਹੋਰ ਮੈਂ ਜਲੀਲ ਹੋ ਨਹੀਂ ਸਕਦਾ ਮੈਂ ਸਾਰੀ ਗੱਲ ਨੰਗੀ ਕਰ ਦਾਂਗਾ ਵਿੱਚ ਤੈਨੂੰ ਫਸਾ ਦੂੰ ਉਹਨੇ ਕਿਹਾ ਕੋਈ ਨਹੀਂ ਮੈਂ ਇੰਤਜ਼ਾਮ ਕਰਦਾ ਉਹਨੂੰ ਬੰਦਾ ਭੇਜਿਆ 9 ਵਜੇ ਚੁਕਾ ਲਿਆ ਕਰੋ ਚੁਕਾ ਕੇ ਉਹ 9:15 ਵਜੇ ਜਾਂਦਾ ਉੱਥੋਂ 18 ਚੋਂ ਅਤੇ 11 ਵਜੇ ਆਉਂਦੀ ਹੈ ਹਮਾਦੀਅਨ ਐਕਸਪ੍ਰੈਸ 9:15 ਵਜੇ ਤੋਂ ਲੈ ਕੇ 11 ਵਜੇ ਤੱਕ 1.5-2 ਘੰਟੇ ਉਹ ਗੈਪ ਕਿੱਥੇ ਰਿਹਾ ਲੇਕ ਉਹਦੇ ਘਰ ਤੋਂ 15 ਮਿੰਟ ਦਾ ਰਸਤਾ ਨਹੀਂ ਸੁਰਿੰਦਰਪਾਲ ਉਹਨੂੰ 4 ਪਿਸਤੌਲ ਅਤੇ ਸਾਈਨਡ ਦੇ ਕੇ ਆਇਆ ਇੱਕ ਦਿਨ ਪਹਿਲਾਂ ਜਾਂ ਥੋੜ੍ਹਾ ਸਮਾਨ ਪਿਆ ਹੀ ਰੱਖ ਲਓ ਉਹਦੇ ਕੋਲ ਸਾਈਨਡ ਵੀ ਸੀਗੀ ਪਿਸਤੌਲ ਵੀ ਸੀਗੀ ਗੋਲੀ ਵੀ ਮਾਰ ਸਕਦਾ ਜੀ ਵਾਏ ਜਦੋਂ ਉਹ ਲਾਸ਼ ਪਈ ਸੀ ਉਹਦਾ ਕੜਾ ਸੋਨੇ ਦਾ ਹੈ ਨਹੀਂ ਸੀ ਕੰਟੈਸਾ 1/2 ਕਿਲੋਮੀਟਰ ਦੂਰ ਖੜ੍ਹੀ ਸੀ ਉਹਦੀ ਚਾਬੀ ਹੈ ਨਹੀਂ ਸੀ ਅਤੇ ਉਹ ਮਾਰ ਕੇ ਉੱਥੇ ਲਿਆ ਕੇ ਗੱਡੀ ਲੈ ਤਾਂ ਰੱਖਤਾ ਬਸ ਥੱਲਾ ਸਾਰਾ ਸਰੀਰ ਬਿਲਕੁਲ ਕਿਤੇ ਝਰੀਟ ਵੀ ਨਹੀਂ ਸੀ ਆਈ ਤੁਸੀਂ ਬੋਡੀ ਨੂੰ ਠੀਕ ਆਈਡੈਂਟੀਫਾਈ ਕੀਤਾ ਅਜੀਤ ਸਿੰਘ ਸੰਧੂ ਬਿਲਕੁਲ ਅਸੀਂ ਤੁਹਾਨੂੰ ਕੋਈ ਸ਼ੱਕ ਨਹੀਂ ਵੀ ਅਜੀਤ ਸਿੰਘ ਸੰਧੂ ਮਰਿਆ ਨਹੀਂ ਬਲਕਿ ਉਹ ਤਾਂ ਬਾਹਰ ਕਿਤੇ ਚਲਾ ਗਿਆ ਇਕੱਠੇ ਕਿਤੇ ਨਹੀਂ ਗਿਆ ਮੇਰੀ ਇਹ ਬਹਿਸ ਮੇਰੀ ਰਣਜੀਤ ਤੁਸੀਂ ਕਹਿ ਰਹੇ ਵੀ ਸਾਇਨਾਈਡ ਵੀ ਖਾ ਸਕਦਾ ਸੀਗਾ ਗੋਲੀ ਰਣਜੀਤ ਤਲਵੰਡੀ ਨਾਲ ਵੀ ਬਹਿਸ ਮੇਰੀ ਜੇਲ੍ਹ 'ਚ ਹੋਈ ਸੀ ਉਹ ਕਹਿੰਦਾ ਕੈਨੇਡਾ 'ਚ ਟੈਕਸੀ ਚਲਾ ਰਿਹਾ ਮੈਂ ਕਿਹਾ ਐਡੇ ਇੰਟਰਪੋਲ ਐਡੇ ਐਡੇ ਏਜੰਸੀਆਂ ਪਈਆਂ ਫੜ ਲਓ ਫੜਦਾ ਕਿਉਂ ਨਹੀਂ ਉਹਦਾ ਇੱਕ ਬੈਚਮੈਂਟ ਸੀਗਾ ਕੁਲਤਾਰ ਸਿੰਘ ਉਹ ਇਕੱਠੇ ਟ੍ਰੇਨਿੰਗ ਵੀ ਉਹਨਾਂ ਨੇ ਕੀਤੀ ਮੈਂ ਤਾਂ ਖੈਰ ਬਹੁਤ ਅਜੀਤ ਸਿੰਘ ਦੇ ਨਾਲ ਰਿਹਾ ਇਕੱਠੇ ਖਾਂਦੇ ਪੀਂਦੇ ਵੀ ਅਸੀਂ ਰਹੇ ਅਜੀਤ ਸਿੰਘ ਸੰਧੂ ਦੇ ਨਾਲ ਤੁਸੀਂ ਜਦੋਂ ਆਉਂਦਾ ਸੀ ਚੰਡੀਗੜ੍ਹ ਰੋਪੜ ਵੀ ਰਿਹਾ ਐਸ ਐਸ ਪੀ ਅਸੀਂ ਮਿਲਦੇ ਰਹਿੰਦੇ ਸੀ ਕੋਈ ਐਸੀ ਗੱਲ ਨਹੀਂ ਸੀ ਅਤੇ ਅਖੇ ਜੀ ਮੈਂ ਫੜੋ ਫੜਦੇ ਕਿਉਂ ਨਹੀਂ ਜਦੋਂ ਮੈਂ ਉੱਥੇ ਜਾ ਕੇ ਦੇਖਿਆ ਸਰ ਅਜੀਤ ਸਿੰਘ ਬਸ ਡੀ ਜੀ ਸਿਕਿਉਰਟੀ ਮੈਂ ਇਹਨਾਂ ਨੂੰ ਮਿਲਣ ਗਿਆ ਮੈਨੂੰ ਕਹਿੰਦੇ ਅਜੀਤ ਸਿੰਘ ਨੂੰ ਜਾਣਦਾ ਮੈਂ ਚੰਗੀ ਤਰ੍ਹਾਂ ਕਹਿੰਦਾ ਜਾ ਫਿਰ ਉੱਥੇ ਬ੍ਰਿਸਟਲ ਦੇ ਕੋਲ ਉਹਦੀ ਡੈੱਡ ਬੋਡੀ ਉਹਦਾ ਨਾਲ ਪੀ ਏ ਸੀ ਕੁਲਦੀਪ ਅਸੀਂ ਆਪਣੀ ਗੱਡੀ 'ਚ ਉੱਥੇ ਗਏ ਹਾਂ ਠੀਕ ਹੈ ਜੀ ਤੁਸੀਂ ਉਹਨੂੰ ਜਾਣਦੇ ਤੇ ਬ੍ਰਿਸਟਲ ਦੇ ਕੋਲ ਉਹਦੀ ਡੈੱਡ ਬੋਡੀ ਉਹ ਡੈੱਡ ਬੋਡੀ ਦੇਖ ਕੇ ਆ ਵੀ ਅਜੀਤ ਸਿੰਘ ਹੀ ਹੈ ਮੈਂ ਗਿਆ ਉੱਥੇ ਜੈਨ ਵਾਸ ਡੀ ਆਈ ਜੀ ਪਟਿਆਲਾ ਰੇਂਜ ਜੈਨ ਸਾਹਿਬ ਆ ਗਏ ਸੀ ਉੱਥੇ ਅਤੇ ਕੁਲਤਾਰ ਸਿੰਘ ਆ ਗਿਆ ਸੀ ਕੁਲਤਾਰ ਸਿੰਘ ਨੂੰ ਆਈਡੈਂਟੀਫਾਈ ਕੀਤੀ ਉਹਦੀ ਬੋਡੀ ਅਤੇ ਜੇ ਤਾਂ ਮੂੰਹ ਬੰਦੇ ਦਾ ਨਾ ਕੋਈ ਸਮੈਸ਼ ਸ਼ੂਨ ਕੀਤਾ ਵੀ ਫਿਰ ਤਾਂ ਬੰਦਾ ਕਹਿੰਦਾ ਵੀ ਮੇਰੀ ਪਛਾਣ ਬਿਲਕੁਲ ਸਾਫ਼ ਮੂੰਹ ਸੀ ਪੱਗ ਥੱਲੇ ਗਿਰੀ ਹੋਈ ਸੀ ਆਹ ਤਾਂ ਆਉਣ ਵੱਡੀ ਹੋਈ ਸੀ
ਵਿਚ ਮੀਨਸ ਕਿ ਇਟ ਵਾਸ ਅ ਮਰਡਰ ਕਿਸੇ ਨੇ ਮਾਰ ਕੇ ਰੇਲ ਲਾਈਨ ਤੇ ਪਾਤਾ ਪਤਾ ਮੈਨੂੰ ਸਾਰੀ ਗੱਲ ਦਾ ਮੈਨੂੰ ਉਦੋਂ ਸੈਣੀ ਸਾਹਿਬ ਨੇ ਕਿਹਾ ਸੀ ਕਹਿੰਦੇ ਪਿੰਕੀ ਕੈਸੇਟੀ ਬਣਾਈਏ ਵੈਰੀਫਾਈ ਕਰੀਏ ਇਹ ਮਰਿਆ ਕਿ ਕਿਉਂਕਿ ਉਹ ਜੇ ਮੂੰਹ ਖੋਲ ਦਿੰਦਾ ਤਾਂ ਕਈ ਇਹਦੀ ਹੋਰ ਦੀ ਧੌਣਾ ਨਹੀਂ ਸੀ ਉਹ ਲੈਂਦੀ ਹੈ ਜਦੋਂ ਅਸੀਂ ਨਾ ਪੇ ਜੇਲ੍ਹ ਸੀ ਨਾ ਮੈਂ ਇਹਦੇ ਜਸਪਾਲ ਉੱਥੇ ਡੀ ਜੀ ਜੇਲ੍ਹ ਆਏ ਉਹਨਾਂ ਨੂੰ ਪਤਾ ਸੀ ਇਹਦੇ ਬਾਰੇ ਵੀ ਖਤਰਾ ਕਾਂਡ ਦਾ ਕਹਿੰਦੇ ਮੁਝੇ ਇਹ ਤਾਂ ਪਤਾ ਨਹੀਂ ਕਿਸ ਨੇ ਮਾਰਿਆ ਬਟ ਜਿਸ ਨੇ ਵੀ ਮਾਰਿਆ ਉਸਨੇ ਕਮ ਸੇ ਕਮ 15-16 ਆਈ ਪੀ ਐੱਸ ਅਫੀਸਰ ਜਿਹੜੇ ਮੈਂ ਫੰਦੇ ਸੇ ਬਚਾ ਲਈਏ ਕਹਾਣੀ ਇਹ ਹੈ ਵੀ ਛੋਟਾ ਅਫਸਰ ਨਹੀਂ ਮਾਰਦਾ ਤਾਂ ਵੀ ਹਿਫਾਜ਼ਤ ਮਾਰਦਾ ਤਾਂ ਹੁਣ ਫਾਂਸੀ ਰਹੇ ਕੋਈ ਗੱਲ ਹੀ ਨਹੀਂ ਜੀ ਸੀਨੀਅਰ ਅਫਸਰ ਨੇ ਜਿਹੜੇ ਉਹਨਾਂ ਦੀ ਹਰ ਪਾਸੇ ਆਈ ਪੀ ਐੱਸ ਇੰਡੀਆ ਲੈਵਲ 'ਤੇ ਹਰ ਪਾਸੇ ਸੁਣਵਾਈ ਵੀ ਹੈ ਸਭ ਤੁਸੀਂ ਕਿਵੇਂ ਬਚੇ ਹੋਏ ਤੁਸੀਂ ਆਪਣੇ ਆਪ ਨੂੰ ਕਿਵੇਂ ਬਚਾਇਆ ਕਿਉਂਕਿ ਤੁਸੀਂ ਜਿਸ ਇਸ ਵਕਤ ਆ ਜਿਹੜੀ ਤੁਹਾਡੀ ਬਲਵੰਤ ਮੁਲਤਾਨੀ ਦੇ ਕੇਸ 'ਚ ਗਵਾਹੀ ਹੈ ਇਹ ਤਾਂ ਬਹੁਤ ਹੀ ਵੱਡੀ ਗਵਾਹੀ ਹੈ ਅਤੇ ਇੱਕ ਐਸੇ ਅਫਸਰ ਦੇ ਖਿਲਾਫ ਗਵਾਹੀ ਹੈ ਜੋ ਕਿ ਜਿਹਦਾ ਪਿਛੋਕੜ ਸਮਝਣ ਦੀ ਲੋੜ ਨਹੀਂ ਉਹਦੇ ਬਾਰੇ ਦੇਖੋ ਸੀ ਬੀ ਆਈ ਨੂੰ ਸਾਡੇ ਖਿਲਾਫ਼ ਜਗਰਾਓ ਜਦੋਂ ਮੈਂ ਸੀ ਹਰਿੰਦਰ ਚਹਿਲ ਮੈਂ ਸ਼ਿਵ ਕੁਮਾਰ ਸਾਡੇ ਖਿਲਾਫ਼ ਪਰਚਾ ਦਰਜ ਹੋਇਆ ਮੈਂ ਉਹ ਸਾਰਾ ਫੇਸ ਕੀਤਾ ਮੈਂ ਇੱਕ ਕਹਿੰਦਾ ਵੀ ਰੱਬ ਜੋ ਕਰਦਾ ਜੇ ਮੈਂ ਕਤਲ 'ਚ ਫਸ ਗਿਆ ਤਾਂ ਮੈਂ 8-9 ਸਾਲ ਜੇਲ੍ਹ 'ਚ ਰਿਹਾ